ਸਤਿ ਸ਼੍ਰੀ ਅਕਾਲ। ਅੱਜ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਛਪੀ ਹੈ, ਮੈਨੂੰ ਜਿਹੜਾ ਲੱਗਿਆ ਵੀ ਆਪਣੇ ਦੋਸਤਾਂ ਨੂੰ ਸ਼ੇਅਰ ਕਰਨੀ ਚਾਹੀਦੀ ਹੈ। ਹੋਇਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੈਮੂਅਲ ਨਾਮ ਦਾ ਵਿਅਕਤੀ, 21 ਤਰੀਕ ਦੀ ਘਟਨਾ ਦੱਸੀ ਜਾਂਦੀ ਹੈ, ਉਹਨੂੰ ਬਿਮਾਰ ਹੁੰਦਾ, ਬੁਖਾਰ ਹੁੰਦਾ ਹੈ ਤੇ ਉਹ ਜਿੱਦਾਂ ਪਾਸਟਰ ਨੂੰ ਬੁਲਾਇਆ ਜਾਂਦਾ, ਉਹਦੀ ਮਾਂ ਪਾਸਟਰ ਨੂੰ ਬੁਲਾਉਂਦੀ ਹੈ। ਪਾਸਟਰ ਆਉਂਦਾ ਹੈ ਆਪਣੇ ਨਾਲ 7-8 ਬੰਦੇ ਲੈ ਕੇ ਆਉਂਦਾ, ਉਸ ਨੂੰ ਕਹਿੰਦਾ ਵੀ ਇਹਨੂੰ ਅੰਦਰ ਭੂਤ ਹੈਗਾ, ਇਹਨੂੰ ਭੂਤ ਕੱਢਣਾ ਹੈ। ਭੂਤ ਕੱਢਣ ਦੇ ਨਾਮ ਦੇ ਉੱਪਰ ਉਸ ਦੇ ਉੱਪਰ ਡੰਡਿਆਂ ਦੇ ਨਾਲ ਪ੍ਰਹਾਰ ਕੀਤਾ ਜਾਂਦਾ, ਮਾਰਿਆ ਜਾਂਦਾ ਡੰਡੇ ਨਾਲ, ਇੰਨਾ ਮਾਰ ਦਿੱਤਾ ਜਾਂਦਾ, ਫਿਰ ਉਹਨੂੰ ਮੰਜੇ ਤੇ ਬਿਠਾ ਦਿੱਤਾ ਜਾਂਦਾ। ਉਸ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ। ਜਦੋਂ ਡੈਥ ਹੋ ਜਾਂਦੀ ਹੈ, ਉਸਦੀ ਮਾਂ ਦੱਸ ਕਿਹਾ ਜਾਂਦਾ ਵੀ ਕਿਸੇ ਨੂੰ ਦੱਸਣਾ ਨਹੀਂ ਹੈ, ਮਾਂ ਅਗਲੇ ਦਿਨ ਪਿੰਡ ਦੇ ਜਾ ਕੇ ਦਫਨਾ ਦਿੱਤਾ ਜਾਂਦਾ ਜਾਂ ਪਰਿਵਾਰ ਦਫਨਾ ਦਿੰਦਾ। ਪਰੰਤੂ 2-3 ਦਿਨਾਂ ਬਾਅਦ ਪਰਿਵਾਰ ਨੂੰ, ਮਾਂ ਨੂੰ ਪ੍ਰੈਸ਼ਰ ਪੈਂਦਾ, ਰਿਸ਼ਤੇਦਾਰ ਕਹਿੰਦੇ ਵੀ ਨਹੀਂ, ਇਹ ਵਾਲੀ ਗੱਲ ਹੈ ਜਿਹੜੀ ਪੁਲਿਸ ਨੂੰ ਦੱਸਣੀ ਚਾਹੀਦੀ ਹੈ, ਇਹ ਗੱਲ ਜਿਹੜੀ ਹੈਗੀ ਦੇ ਨਾਲ ਜਿਹੜੇ ਦੋਸ਼ੀ ਲੋਕੀ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਫਿਰ ਪੁਲਿਸ ਨੂੰ ਦੱਸਿਆ ਜਾਂਦਾ ਹੈ, ਪੁਲਿਸ ਨੂੰ ਜਦੋਂ ਦੱਸਿਆ ਜਾਂਦਾ ਹੈ, ਮੁਕੱਦਮਾ ਦਰਜ ਹੁੰਦਾ ਹੈ। ਇਹ ਵਿਲੇਜ ਹੈਗਾ ਸਿੰਘਪੁਰਾ, ਤਾਲੀਵਾਲ ਪੁਲਿਸ ਸਟੇਸ਼ਨ ਗੁਰਦਾਸਪੁਰ, ਪਰਚਾ ਦਰਜ ਹੁੰਦਾ ਹੈ। ਫਿਰ ਪੁਲਿਸ ਪਰਚਾ ਦਰਜ ਕਰਨ ਤੋਂ ਬਾਅਦ ਇਸ ਘਟਨਾ ਦੇ ਵਿੱਚ ਉੱਥੋਂ ਦਾ ਬੰਦੇ ਦੇ ਜਿੱਥੇ ਦਫਨਾਇਆ ਜਾਂਦਾ ਹੈ ਉਸ ਸਥਾਨ ਤੋਂ ਕੱਢਿਆ ਜਾਂਦਾ ਹੈ। ਉਸਦੇ ਬਾਅਦ ਉਹਦਾ ਪੋਸਟਮਾਰਟਮ ਹੁੰਦਾ, ਪੋਸਟਮਾਰਟਮ ਤੋਂ ਬਾਅਦ ਫਿਰ ਦੁਬਾਰਾ ਦਫਨਾਇਆ ਜਾਂਦਾ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ। ਪਰੰਤੂ ਜਿਹੜੀ ਘਟਨਾ ਹੈ, ਇਹ ਜਿਹੜੀ ਟ੍ਰਿਬਿਊਨ ਦੇ ਵਿੱਚ ਛਪੀ ਹੈ, ਮੈਂ ਇੱਕ ਵਾਰੀ ਤੁਹਾਨੂੰ ਦਿਖਾ ਵੀ ਦਿੰਦਾ, ਤੁਸੀਂ ਆਪਣੇ ਆਪ ਦੇਖੋ ਵੀ ਟ੍ਰਿਬਿਊਨ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ, ਆ ਲਿਖਿਆ ਹੈ ਟ੍ਰਿਬਿਊਨ ਦੇ ਵਿੱਚ, ਖਬਰ ਹੈ ਡੈਮਨ ਪਾਸਟਰ ਅਦਰ ਸਪੀਟ ਮੈਨ ਟੂ ਡੈਥ। ਇਹ ਖਬਰ ਅੱਜ ਦੀ ਖਬਰ ਹੈ, ਔਰ ਅੱਜ ਦੀ ਖਬਰ ਪੜ੍ਹ ਕੇ ਤਾਂ ਇੱਕਦਮ ਲੱਗਿਆ ਵੀ ਵਾਕਈ ਯਾਰ, ਇਹ ਤਾਂ ਪੰਜਾਬ ਦੇ ਵਿੱਚ ਇੱਦਾਂ ਦੀ ਘਟਨਾ ਹੋ ਰਹੀ ਹੈ। ਔਰ ਉਸ ਤੋਂ ਬਾਅਦ ਇਹ ਜਿਹੜੀ ਦੂਜੀ ਖਬਰ ਹੈ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਣਾ। ਇਹ ਦੂਜੀ ਖਬਰ ਲੱਗੀ ਵੀ ਹੈ ਇਹਦੇ ਵਿੱਚ, ਦੈਨਿਕ ਜਾਗਰਣ ਦੇ ਵਿੱਚ। ਔਰ ਦੈਨਿਕ ਜਾਗਰਣ ਦੇ ਵਿੱਚ ਜਦੋਂ ਇਹ ਲੱਗੀ ਖਬਰ, ਤਾਂ ਮੈਂ ਜਦੋਂ ਦੇਖਿਆ ਸਾਰੇ ਹੀ ਨਿਊਜ਼ ਮੀਡੀਆ ਨੇ ਚੱਕੀ ਹੈ। ਔਰ ਜਦੋਂ ਦੇਖਿਆ ਵੀ ਇਹ ਤਾਂ ਘਟਨਾ ਜਿਹੜੀ ਹੈ 21 ਤਰੀਕ ਦੀ ਹੈ, ਉਸ ਤੋਂ ਬਾਅਦ ਜਿਹੜੀ ਹੋਈ ਹੈ ਉਹ ਬੰਦੇ ਦੇ ਜਿਹੜੇ ਕੰਮ ਕਰਨ ਵਾਲਾ ਇਕੱਲਾ ਹੀ ਕਰਦਾ ਸੀਗਾ, 3 ਬੱਚੇ ਆ ਉਹਦੇ, ਮਤਲਬ ਕਿ ਸਾਡੇ ਸਮਾਜ ਦੇ ਜਿਹੜਾ ਨਿਰਧਨ ਵਰਗ ਹੈ, ਬਿਲਕੁਲ ਕਮਜ਼ੋਰ ਵਰਗ ਹੈ, ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਪਖੰਡ ਦੇ ਵਿੱਚ ਅੱਜ ਵੀ ਪਿਆ ਹੈ, ਜਿਸ ਪਖੰਡ ਨੂੰ ਪੰਜਾਬ ਦੇ ਵਿੱਚੋਂ ਬੜਾ ਕੰਡੈਮ ਕੀਤਾ ਗਿਆ, ਗੁਰੂਆਂ ਨੇ ਬੜਾ ਕੰਡੈਮ ਕੀਤਾ, ਔਰ ਅਸੀਂ ਲੋਕ ਪਖੰਡਵਾਦ ਦੇ ਖਿਲਾਫ਼ ਪੂਰਾ ਚੱਲਦੇ ਹਾਂ। ਉਸ ਪਖੰਡ ਨੂੰ ਪੂਰੇ ਪ੍ਰਾਂਤ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ, ਚੰਡੀਗੜ੍ਹ ਦੇ ਆਸੇ ਪਾਸੇ ਤਾਂ ਮੈਂ ਬਹੁਤ ਦੇਖਦਾ, ਹਰ ਜਗ੍ਹਾ ਦੇ ਵਿੱਚ ਤੁਸੀਂ ਹਰ ਜ਼ਿਲ੍ਹੇ ਦੇ ਵਿੱਚ ਕਿਤੇ ਨਾ ਕਿਤੇ, ਚਾਹੇ ਉਹਨੂੰ ਚੰਗਿਆਈ ਸੰਮੇਲਨ ਦੇ ਨਾਮ ਤੋਂ ਕਹਿ ਲਓ, ਚਾਹੇ ਉਹਨੂੰ ਫੇਥ ਹੀਲਿੰਗ ਦੇ ਨਾਮ ਤੋਂ ਪ੍ਰੋਗਰਾਮ ਕਰਦੇ ਆ। ਉਸ ਪ੍ਰੋਗਰਾਮ ਦੇ ਵਿੱਚ ਕੀ ਕਰਦੇ ਆ, ਉਸ ਪ੍ਰੋਗਰਾਮ ਦੇ ਵਿੱਚ 10-15 ਬੰਦੇ ਅੱਗੇ ਖੜੇ ਕੀਤੇ ਜਾਂਦੇ, ਬੜਾ ਮਿਊਜ਼ਿਕ ਵੱਜ ਰਿਹਾ ਹੁੰਦਾ, ਕੋਈ ਕਹਿੰਦਾ ਵੀ ਮੇਰੀ ਅੱਖਾਂ ਖਰਾਬ ਹੋ ਗਈਆਂ, ਪਾਸਟਰ ਆਂਦਾ ਉਹਦੇ ਹੱਥ ਦੇ ਅੱਖਾਂ ਦੇ ਹੱਥ ਫੇਰੇਗਾ, ਉਹਦੀ ਅੱਖਾਂ ਠੀਕ ਹੋ ਜਾਣਗੀਆਂ। ਫਿਰ ਕੋਈ ਕਹੇਗਾ ਮੈਨੂੰ ਕੈਂਸਰ ਹੈ, ਕੈਂਸਰ ਕਿਸ ਚੀਜ਼ ਦਾ, ਇਸ ਚੀਜ਼ ਦਾ ਕੈਂਸਰ, ਉਹ ਕੈਂਸਰ ਹੱਥ ਕੰਬ ਫੇਰੇਗਾ, ਪੇਟ ਤੇ ਫੇਰੇਗਾ, ਛਾਤੀ ਤੇ ਫੇਰੇਗਾ, ਪਿੱਠ ਤੇ ਫੇਰੇਗਾ, ਉਹ ਕੈਂਸਰ ਠੀਕ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਉਹ ਕਈ ਤਰ੍ਹਾਂ ਦੀ ਬਿਮਾਰੀਆਂ, ਜਿਹੜੇ ਬਿਮਾਰੀਆਂ ਆਪਾਂ ਸੁਣਿਆ ਵੀ ਨਹੀਂ ਹੁੰਦੀਆਂ, ਉਸ ਦੇ ਨਾਲ ਉਹ ਇਲਾਜ ਕਰਦੇ ਆ, ਔਰ ਲੋਕਾਂ ਨੂੰ ਬਰਮਾਉਂਦੇ ਆ, ਪੂਰਾ ਪਖੰਡ ਚਲਾਉਂਦੇ ਆ। ਔਰ ਸਾਰਾ ਦਾ ਸਾਰਾ ਕਿੱਥੇ ਚੱਲ ਰਿਹਾ, ਪ੍ਰਸ਼ਾਸਨ ਦੀ ਨਜ਼ਰ ਤੇ, ਸਾਡੇ ਲੋਕਾਂ ਦੇ ਅੱਗੇ ਚੱਲ ਰਿਹਾ, ਜਿਹੜੇ ਸਾਡੇ ਲੋਕਾਂ ਨੇ, ਜਿਨ੍ਹਾਂ ਨੇ ਪਖੰਡ ਦਾ ਪੂਰਾ
ਪਰਸਨਾ ਕੀਤੀ ਸੀ, ਉਹਦੇ ਲਈ ਲੜੇ ਆ, ਉਹਦੇ ਖਿਲਾਫ ਅਸੀਂ ਕਿਹਾ ਵੀ ਪਖੰਡ ਦੇ ਨਾਲ ਸਮਾਜ ਟੁੱਟਦਾ, ਉਹ ਪਖੰਡ ਸਾਡੇ ਅੱਖਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੋ ਰਿਹਾ, ਉਸਦੇ ਉੱਪਰ ਕੋਈ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤੇ ਪ੍ਰਸ਼ਾਸਨ ਤੇ ਉੱਪਰ ਅਫਸਰ ਮਿਲ ਕੇ, ਪਰ ਜਿਹੜੇ ਲੀਡਰ ਲੋਕ ਮਿਲ ਕੇ ਉਸਨੂੰ ਪੂਰਾ ਦਬਾਉਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਕਿਤੇ ਨਾ ਕਿਤੇ ਸਾਰਿਆਂ ਦੇ ਵੈਸਟਿਡ ਇੰਟਰਸਟ ਹੈ, ਔਰ ਇਹ ਇੰਟਰਸਟ ਨੂੰ ਅੱਜ ਦੀ ਡੇਟ ਦੇ ਵਿੱਚ ਪੰਜਾਬ ਨੂੰ ਜੇ ਸਰਵਾਈਵ ਕਰਾਉਣਾ ਭੁੱਲਣੇ ਪੈਣਗੇ। ਪੰਜਾਬ ਨੂੰ ਆਪਣਾ ਜਿਹੜਾ ਇਸ ਸਮੇਂ ਭਗਵੰਤ ਮਾਨ ਵੀ ਕਹਿ ਰਿਹਾ ਰੰਗਲਾ ਪੰਜਾਬ ਬਣਾਉਣਾ ਹੈ, ਸਭ ਕੁਝ ਲੈ ਕੇ ਆਉਣਾ, ਉਸਦੇ ਲਈ ਜਿਹੜੀ ਸਾਡੀ ਆ ਸੰਸਕਾਰ ਆ, ਜਿਹੜਾ ਸਾਡਾ ਪੁਰਾਣਾ ਵਿਰਸਾ ਹੈ, ਉਸਨੂੰ ਖਤਮ ਨਹੀਂ ਹੋਣ ਦੇਣਾ। ਉਸਨੂੰ ਖਤਮ ਹੋਣ ਦੇ ਵਿੱਚ ਜਿਹੜਾ ਜਿਹੜਾ ਸਹਾਇਕ ਹੈ ਉਸਨੂੰ ਵੀ ਸਰਕਾਰ ਨੂੰ ਟੰਗਣਾ ਚਾਹੀਦਾ, ਸਰਕਾਰ ਨੂੰ ਉਹਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਕੋਲ ਪੰਜਾਬ ਦੇ ਵਿੱਚ ਡਰੱਗਸ ਐਂਡ ਮੈਜਿਕ ਕੰਟਰੋਲ ਐਕਟ, ਓਬਜੈਕਸ਼ਨੇਬਲ ਐਡਵਰਟਾਈਜ਼ਮੈਂਟ ਐਕਟ 1954, ਜਿਹਦੀ ਸਿੱਧੀ ਪ੍ਰੋਵੀਜ਼ਨ ਸੇ ਕਹਿੰਦੀ ਹੈ ਵੀ ਦਿਖਾਵੇ ਦੇ ਨਾਲ ਜੇ ਤੁਸੀਂ ਕਿਸੇ ਨੂੰ ਮੈਜੀਕਲੀ ਰੈਮਡੀਜ਼ ਦੇ ਕੇ ਠੀਕ ਕਰ ਰਹੇ ਹੋ ਤੇ ਕਾਨੂੰਨ ਅਪਰਾਧ ਹੈ, ਉਸਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ। ਸਰਕਾਰ ਬੜਾ ਚੰਗੇ ਤਰੀਕੇ ਨਾਲ ਇਸ ਤਰੀਕ ਨੂੰ ਦਬ ਸਕਦੀ ਹੈ, ਇਸ ਨੂੰ ਦਬਾ ਸਕਦੀ ਹੈ, ਇਸ ਨੂੰ ਸਹੀ ਤਰ੍ਹਾਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਦੀ ਹੈ, ਪਰੰਤੂ ਇਸ ਤਰ੍ਹਾਂ ਦੀ ਮਨਸ਼ਾ ਪੂਰੇ ਪੰਜਾਬ 'ਚ ਨਹੀਂ ਹੈ। ਔਰ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਉਹ ਸ਼ਾਸਨ ਇਹਨਾਂ ਨਾਲ ਮਿਲ ਕੇ ਇਹਨਾਂ ਨੂੰ ਆਪਣੇ ਬੈਸਟ ਇੰਟਰਸਟ ਨਾਲ ਇਹਨਾਂ ਨੂੰ ਬਹੁਤ ਪ੍ਰੋਤਸਾਹਨ ਕਰ ਰਿਹਾ, ਔਰ ਉਹ ਪ੍ਰੋਤਸਾਹਨ ਕੀ ਹੋ ਰਿਹਾ ਅੱਜ ਅਸੀਂ ਦੇਖਿਆ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਗਰੀਬ ਆਦਮੀ ਨੂੰ ਸਿਰਫ ਇਸ ਕਰਕੇ ਦਵਾਈ ਨਹੀਂ ਦਿੱਤੀ ਜਾਂਦੀ ਕਿ ਉਹਨੂੰ ਕਿਹਾ ਜਾਂਦਾ ਵੀ ਤੇਰੇ ਅੰਦਰ ਭੂਤ ਹੈ, ਭੂਤ ਕੱਢਣ ਦੇ ਚੱਕਰ 'ਚ, ਕਿਉਂਕਿ ਤੁਸੀਂ ਤਾਂ ਜਿਹਨੂੰ ਵੀ ਨਾਲ ਲਗਾਇਆ ਉਹਨੂੰ ਭੂਤ ਦੇ ਚੱਕਰ 'ਚ ਜਾਂ ਉਹਨੂੰ ਹੀਲਿੰਗ ਦੇ ਚੱਕਰ 'ਚ ਨਾਲ ਲਗਾਇਆ, ਕਦੀ ਤੁਸੀਂ ਤਾਂ ਕਿਹਾ ਹੀ ਨਹੀਂ ਵੀ ਕੋਈ ਮੈਡੀਕਲ ਚੀਜ਼ਾਂ ਠੀਕ ਨਹੀਂ ਹੁੰਦੀਆਂ, ਇੱਕ ਚੀਜ਼ਾਂ ਜਿਹੜੀ ਚੀਜ਼ਾਂ ਹਸਪਤਾਲ 'ਚ ਜਾ ਕੇ ਠੀਕ ਹੋਣੀ ਹਸਪਤਾਲ 'ਚ ਹੋਣੀ ਹੈ, ਤੇ ਭਗਵੰਤ ਮਾਨ ਜੀ ਦੇ ਨੱਕ ਦੇ ਥੱਲੇ ਕੰਮ ਹੋ ਰਿਹਾ, ਆਪ ਸਰਕਾਰ ਦੇ ਥੱਲੇ ਹੋ ਰਿਹਾ ਔਰ ਖੁੱਲਾ ਹੋ ਰਿਹਾ। ਔਰ ਮੈਨੂੰ ਇਹ ਵੀ ਲੱਗਦਾ ਹੈ ਵੀ ਜਿਹੜੇ ਸਾਡੇ ਅਦਾਰੇ ਹੈ, ਚਾਹੇ ਧਾਰਮਿਕ ਅਦਾਰੇ ਹੋਣ ਚਾਹੇ ਸੋਸ਼ਲ ਅਦਾਰੇ ਹੋਣ, ਉਹ ਵੀ ਇਸ ਘਟਨਾਵਾਂ ਨੂੰ ਅੰਦਰੋਂ ਅੰਦਰ ਮਹਿਸੂਸ ਕਰਦੇ ਹੈ, ਪਰੰਤੂ ਲੋਜੀਕਲ ਐਂਡ ਤੇ ਲਿਜਾਣ ਲਈ ਕੋਈ ਕੰਮ ਨਹੀਂ ਕਰ ਰਿਹਾ, ਔਰ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ, ਨਹੀਂ ਤਾਂ ਇੱਦਾਂ ਦੀ ਘਟਨਾਵਾਂ ਬਹੁਤ ਵੱਧ ਜਾਣਗੀਆਂ। ਕਿਉਂਕਿ ਮੈਨੂੰ ਲੱਗਦਾ ਸੀ ਮੈਂ ਆਪਣੇ ਸਾਰੇ ਦੋਸਤਾਂ ਨੂੰ ਇਹ ਗੱਲ ਸ਼ੇਅਰ ਕਰਾਂ, ਔਰ ਤੁਹਾਨੂੰ ਜੇ ਮੇਰੀ ਗੱਲ ਅੱਛੀ ਲੱਗੇ ਔਰ ਸ਼ਾਇਦ ਉਸ ਨਾਲ ਪੰਜਾਬ ਗਵਰਨਮੈਂਟ ਜਾ ਕੇ ਤੇ ਇਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਸ਼ੁਰੂ ਹੋ, ਜਿਹੜੇ ਨਵੀਂ ਜਗ੍ਹਾ ਜਗ੍ਹਾ ਫੇਥ ਹੀਲਿੰਗ ਦੇ ਕਾਰਜਕ੍ਰਮ ਜਿਹੜੇ ਕਿ ਇਲੀਗਲ ਹੈ, ਜਿਹੜੇ ਗਲਤ ਹੈਗੇ, ਜਿਹੜੇ ਮੈਂ ਐਕਟ ਦੁਆਰਾ ਦੱਸ ਦੇਣਾ, ਦਾ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ, ਓਬਜੈਕਸ਼ਨੇਬਲ ਐਡਵਰਟਾਈਜ਼ਮੈਂਟ ਐਕਟ, ਉਸਦੇ ਤਹਿਤ ਬੈਂਡ ਹੈਗੇ, ਉਸਦੇ ਉੱਤੇ ਕਾਰਵਾਈ ਹੋਵੇ ਔਰ ਉਸਨੂੰ ਸਹੀ ਤਰ੍ਹਾਂ ਰੋਕਿਆ ਜਾਵੇ ਤਾਂ ਕਿ ਸਾਡਾ ਪੰਜਾਬ ਹੱਸਦਾ ਰਹੇ, ਵੱਸਦਾ ਰਹੇ। ਇਹ ਮੈਂ ਗੱਲ ਤੁਹਾਡੇ ਸਾਹਮਣੇ ਸ਼ੇਅਰ ਕਰਨੀ ਸੀ, ਜੇ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਇਸ ਨੂੰ ਅੱਗੇ ਵੀ ਪਹੁੰਚਾਓ ਤਾਂ ਕਿ ਸਾਡਾ ਪ੍ਰਸ਼ਾਸਨ ਲੋਕਲ ਲੈਵਲ ਤੇ ਵੀ ਔਰ ਪੰਜਾਬ ਦੇ ਲੈਵਲ ਤੇ ਵੀ ਚੱਕੇ ਔਰ ਇਸ ਦੇ ਖਿਲਾਫ਼ ਕਾਰਵਾਈ ਹੋਵੇ। ਸਤਿ ਸ੍ਰੀ ਅਕਾਲ।